ਘਰ ਦੇ ਵਿਹਲੇ ਆ, ਸਾਰੀ ਦਿਹਾੜੀ ਕੰਮ ਨਹੀਂ ਮੁੱਕਦਾ ਮੇਰਾ, ਤਾਂ ਹੁਣ ਲਾ ਦਿੰਦੀ ਹਾਂ। ਪਤਾ ਕੀ ਹੋਇਆ ਨਾ ਅੱਜ, ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਬੁੱਢੀ ਫੈਮਿਲੀ ਵਲੌਗ 'ਤੇ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ, ਅਤੇ ਇਸੇ ਉਮੀਦ ਦੇ ਨਾਲ ਆਪਾਂ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ। ਧਾਰਾਂ ਦਾ ਟਾਈਮ ਹੋ ਗਿਆ, ਧਾਰਾਂ ਦਾ ਟਾਈਮ ਹੋ ਗਿਆ, ਧਾਰਾਂ ਦਾ, ਹਾਂ ਮਿੱਠੀ। ਅਤੇ ਦੇਖੋ ਜੁਝਾਰਨੀ ਲਵਾਏ ਸੀ ਅਤੇ ਜੁਝਾਰੇ ਲਾਉਣ ਲੱਗੇ, ਮੈਨੂੰ ਤਾਂ ਹੁਣ ਪਤਾ ਲੱਗਿਆ, ਕਹਿੰਦੇ ਕੱਲ੍ਹ ਨੂੰ ਹਫ਼ਤਾ ਹੋ ਜਾਣਾ ਦੀਵਾਲੀ ਲੰਘੀ ਨੂੰ, ਅਤੇ ਦਿਨ ਹੈਗਾ ਅੱਜ ਕੀ ਦਿਨ, ਪਰਸੋਂ ਨੂੰ, ਸੰਡੇ ਨੂੰ ਹੋਣਾ, ਅੱਜ ਕੀ ਹੈ ਦਿਨ, ਸ਼ੁੱਕਰਵਾਰ, ਅੱਜ ਅੱਜ ਸ਼ੁੱਕਰਵਾਰ ਹੋ ਗਿਆ ਅਤੇ ਜੁਝਾਰ ਲਾਉਣ ਲੱਗਿਆ ਹੈ ਦੀਵਾਲੀ ਵਾਲੇ ਜਿਹੜੇ ਲਾਏ ਹੋਏ ਸੀ ਆਪਾਂ ਨੇ। ਚਲੋ ਰੱਖੋ ਵਧੀਆ ਆ, ਚਲੋ ਇਕੱਠਾ ਕਰਕੇ ਰੱਖਦੇ। ਅਤੇ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਨੇ, ਠੀਕ ਠਾਕ ਹੋ? ਟਾਈਮ ਹੋ ਗਿਆ 5 ਵੱਜ ਗਏ, ਧਾਰ ਦਾ ਟਾਈਮ ਹੋ ਗਿਆ, ਉਹ ਧਾਰ ਚੋਣਗੇ ਅਤੇ ਮੈਂ ਕਰਨੀ ਆ ਤਿਆਰੀ, ਤਿਆਰੀ ਆਪਾਂ ਕਰਨੀ ਆ ਕਿੱਥੇ ਜਾਣ ਦੀ, ਪ੍ਰੈਸ ਪ੍ਰੁਸ ਕਰਨੀ ਆਪਾਂ ਨੇ। ਅੱਜ ਮੈਂ ਪੂਰਾ ਦਿਨ ਬਿਜ਼ੀ ਰਹੀ ਮੈਂ ਫੋਨ ਦਾ ਕਰਕੇ, ਮੈਨੂੰ ਫੋਨ ਨੇ ਇੰਨਾ ਬਿਜ਼ੀ ਰੱਖਿਆ। ਅਤੇ ਮੈਂ ਬਿੰਦੇ ਝੱਟੇ ਹੈ ਨਾ, ਇੱਕ ਜਿਹੜੀ ਆਪਾਂ ਨੂੰ ਆਦਤ ਜੀ ਨਹੀਂ ਪਈ ਹੋਈ ਹੈ ਨਾ, ਬਈ ਫੋਨ, ਅਤੇ ਕਦੇ ਮੈਂ ਵੀਡੀਓ ਬਣਾਉਣ ਲਈ ਫੋਨ ਚੱਕਾਂ ਹੈ ਨਾ, ਫਿਰ ਮੈਂ ਇੱਕ ਵੀਡੀਓ ਸ਼ੇਅਰ, ਹਾਂਜੀ ਕੀ ਹੋ ਗਿਆ, ਕਿੱਥੇ ਤੁਹਾਡਾ ਮਾਲਕ, ਇੱਥੇ ਹੀ ਆ, ਆ ਤਾਂ ਗਏ ਇੱਥੇ ਕਿੱਥੇ ਨੇ। ਅਤੇ ਫਿਰ ਮੈਂ ਕਦੇ ਵੀਡੀਓ ਸ਼ੇਅਰ ਕਰਨੀ ਸੀ ਦੂਸਰੇ ਫੋਨ 'ਤੇ, ਕਦੇ ਮੈਂ ਉੱਧਰ ਨੂੰ ਹੈ ਨਾ ਵੀਡੀਓ ਸ਼ੇਅਰ ਕਰਨ ਨੂੰ ਫੋਨ ਚੱਕਾਂ, ਮੇਰੇ ਫੋਨ ਦੇ ਵਿੱਚ ਆਹ ਵਾਲੇ ਫੋਨ 'ਚ ਜਿਹ 'ਚ ਮੈਂ ਵੀਡੀਓ ਬਣਾ ਰਹੀ ਹਾਂ, ਪਤਾ ਨਹੀਂ ਕੀ ਇੱਦਾਂ ਦੀ ਖਰਾਬੀ ਆਈ ਪਈ ਆ ਹੈ ਨਾ, ਵੀ ਫੋਨ ਬਸ ਕਦੇ ਕਦੇ ਚੱਲਦਾ ਚੱਲਦਾ ਨਹੀਂ, ਚੱਲਦਾ ਚੱਲਦਾ ਨਹੀਂ, ਸਮਝ ਨਹੀਂ ਲੱਗਦੀ ਇਹਨੂੰ ਕੀ ਹੋਇਆ ਹੋਇਆ। ਪਰੀ ਨੂੰ ਕਾਹਦੀ ਭੁੱਖ ਲੱਗਿਆ, ਪਾਣੀ ਦੀ, ਪਾਣੀ ਪੀਂਦੀ ਨਹੀਂ, ਮੈਂ ਤਾਂ ਪਹਿਲਾਂ ਰੱਖਿਆ ਤੇ ਮੂਹਰੇ ਇਹਨੇ ਪੀਤਾ ਹੀ ਨਹੀਂ, ਪੀਂਦੀ ਹੋਈ ਪਾਣੀ, ਗੋਹਾ ਦੇ ਲਓ ਕਿ ਮੈਂ ਵੱਢਿਆ, ਹਾਏ ਹਾਏ, ਨਾਲੇ ਹੁਣ ਇੱਥੋਂ ਗਈ ਸੀ ਮੈਂ, ਸਾਰੇ ਫੋੜਾ ਮਾਰਨ ਵਾਲਾ ਹੋਇਆ ਪਿਆ। ਅਤੇ ਫੋਨ ਨੇ ਨਾ ਅੱਜ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ, ਹੱਦੋਂ ਵੱਧ ਫੋਨ ਨੇ ਪਰੇਸ਼ਾਨ ਕੀਤਾ। ਅਤੇ ਫਿਰ ਹਾਰ ਕੇ ਮੈਂ ਵਿੱਚੇ ਤੁਹਾਨੂੰ ਪਹਿਲਾਂ ਜਿਹੜਾ ਤੁਸੀਂ ਵਲੌਗ ਦੇਖ ਲਿਆ, ਮੈਂ ਕੱਪੜਿਆਂ ਦਾ ਬਹੁਤ ਜ਼ਿਆਦਾ ਖਿਲਾਰਾ ਪਾਇਆ ਸੀ, ਤੁਹਾਨੂੰ ਦੱਸਿਆ ਸੀ ਮੈਂ ਕੱਪੜੇ ਚੱਕਣੇ ਆ, ਮੈਂ ਕੀ ਕੰਮ ਕਰਨਾ ਹੈ ਨਾ, ਵੀ ਮੇਰਾ ਫੋਨ ਹੀ ਨਹੀਂ ਔਨ ਹੋਇਆ ਗਾ, ਵੀ ਜਿਹੜਾ ਮੈਂ ਵੀਡੀਓ ਬਣਾ ਲੈਂਦੀ, ਅਤੇ ਹੁਣ ਜਾ ਕੇ ਇਹਨੂੰ ਪਤਾ ਨਹੀਂ ਕੀ ਹੋਇਆ, ਹੁਣ ਔਨ ਹੋ ਗਿਆ ਹੈ ਨਾ। ਚਲੋ ਵਾਹਿਗੁਰੂ ਦਾ ਸ਼ੁਕਰ ਆ ਵੀ ਇਹ ਔਨ ਹੋਇਆ। ਅਤੇ ਹੁਣ ਮੈਂ ਕਰਨੀ ਆ ਤਿਆਰੀ ਕਿਤੇ ਜਾਣ ਦੀ, ਜੁਝਾਰ ਦੀ ਬਲੇਜ਼ਰ ਆ, ਸਕੂਲੋਂ ਆਏ ਤਾਂ ਧੋਤੀ ਸੀਗੀ, ਜਦੋਂ ਸਕੂਲੋਂ ਆਇਆ ਨਾ 3:30 ਵਜੇ ਉਦੋਂ ਹੀ ਧੋਤੀ ਸੀ ਮੈਂ, ਫਿਰ ਮਸ਼ੀਨ 'ਚ ਸੁਕਾਤੀ, ਅਤੇ ਹੁਣ ਸੁੱਕ ਗਈ ਹੋਊਗੀ ਅਤੇ ਨਹੀਂ ਸੁੱਕੀ ਹੋਊਗੀ, ਥੋੜ੍ਹੀ ਨਰਮ ਜਿਹੀ ਆ, ਥੋੜ੍ਹੀ ਜਿਹੀ ਇੱਦਾਂ ਮੋਢਿਆਂ ਤੋਂ ਜਿੱਥੋਂ ਜ਼ਿਆਦਾ ਡਬਲ ਹੁੰਦੀ, ਮੇਰੇ ਵੀ ਆ ਸਕਦੀ ਆ ਬਲੇਜ਼ਰ, ਤਾਂ ਜੁਝਾਰ ਦੀ ਬਲੇਜ਼ਰ ਮੇਰੇ ਵੀ ਆਉਂਦੀ ਆ, ਜੁਝਾਰ ਦੀ ਬਲੇਜ਼ਰ ਪਾ ਲਈ ਇੱਕ ਸੈਟ, ਹਾਂ ਸੈਟ।
ਤੇ ਮੈਂ ਕਰਨੀ ਆ ਪ੍ਰੈਸ। ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ। ਕਿੱਥੇ ਜਾਣਾ ਆਪਾਂ ਨੇ, ਕੀ ਨੇ, ਬਲੇਜ਼ਰ ਨੂੰ ਪ੍ਰੈਸ ਨਹੀਂ ਕਰਨੀ, ਬਲੇਜ਼ਰ ਤਾਂ ਮੈਂ ਅੰਦਰ ਰੱਖਣੀ ਆ। ਕੀ ਨੇ ਜਾਣਾ, ਕਿੱਥੇ ਜਾਣਾ, ਇਹ ਤੁਹਾਨੂੰ ਬਾਅਦ 'ਚ ਵਿੱਚ ਦੱਸਦੇ ਹਾਂ। ਤਿਆਰੀ ਕਰ ਲਈਏ ਪਹਿਲਾਂ ਆਪਾਂ, ਕੌਣ ਕੌਣ ਜਾਊਗਾ, ਕੌਣ ਕੌਣ ਘਰ ਰਹੂਗਾ, ਹੈ ਨਾ। ਦੋ ਜਣਿਆਂ ਦਾ ਫਾਈਨਲ ਹੋਊਗਾ, ਦੋ 'ਚੋਂ ਟਾਈਮ 'ਤੇ ਪਤਾ ਨਹੀਂ, ਦੋ ਜਾਣਗੇ ਪਤਾ ਨਹੀਂ, ਇੱਕ ਜਾਊਗਾ ਫਾਈਨਲ, ਪਤਾ ਨਹੀਂ ਦੋ ਦਾ ਹੁੰਦਾ ਜਾਂ ਇੱਕ ਦਾ ਹੁੰਦਾ, ਪਤਾ ਨਹੀਂ, ਜਾਣੀ ਕਿ ਪਤਾ ਨਹੀਂ। ਫਿਲਹਾਲ ਤਾਂ ਚਾਰਾਂ ਦੀ ਉਹ ਤਿਆਰੀ ਆ ਸਾਡੀ, ਚਾਰੇ ਜਾਣੇ ਜਾਵਾਂਗੇ। ਠੀਕ ਹੈ ਜੀ, ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ, ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ, ਪਲੀਜ਼ ਸ਼ੇਅਰ ਕਰ ਦਿਆ ਕਰੋ ਦੱਬ ਕੇ। ਠੀਕ ਹੈ ਜੀ, ਆਪਣੇ ਫਰੈਂਡ ਸਰਕਲ ਦੇ ਨਾਲ ਸ਼ੇਅਰ ਕਰ ਦਿਆ ਕਰੋ। ਅਤੇ ਹੁਣ ਮੈਂ ਕਰਨੀ ਆ ਪ੍ਰੈਸ, 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 ਕੱਪੜਿਆਂ ਦੇ। ਇਹ ਕੱਪੜੇ ਤਾਂ ਤਹਾਂ ਲਾਉਣ ਵਾਲੇ ਪੈਣੇ, ਮੈਂ ਇੰਨੇ ਕੱਪੜੇ ਚੱਕੇ ਅੱਜ, ਤੁਸੀਂ ਯਕੀਨ ਮੰਨੋਗੇ, ਹੈ ਨਾ। ਮੈਂ ਸਾਰੇ ਕੱਪੜੇ ਚੱਕ ਕੇ ਰੱਖੇ, ਉੱਪਰੋਂ ਫੇਰ ਇੰਨੇ ਲਾ ਲਿਆ, ਹੈ ਨਾ। ਕੱਪੜੇ ਨਹੀਂ, ਕੱਪੜੇ ਮੈਂ ਬ੍ਰੱਸ਼ ਕਰਦੀ ਹਾਂ। ਅਤੇ ਪਹਿਲਾਂ ਤਾਂ ਮੈਂ ਚਾਹ ਪੀਣੀ ਆ, 5 ਵਜੇ ਹੈ ਨਾ, ਮੈਂ ਚਾਹ ਪੀਣੀ ਆ। ਪਤਾ ਨਹੀਂ ਕਿਹੜੇ ਵੇਲੇ ਦੀ ਪੀਣੀ ਆ, ਮੈਨੂੰ ਨਹੀਂ ਪਤਾ, ਮੈਂ ਚਾਹ ਪੀਣੀ ਆ। ਪਰ ਦੁੱਧ ਦਿੰਦੀ ਹਾਂ, ਅਤੇ ਮੈਂ ਚਾਹ ਪੀ ਲਵਾਂ, ਚਾਹ ਪੀ ਕੇ ਪ੍ਰੈਸ ਕਰਦੀ ਹਾਂ, ਨਹੀਂ ਫਿਰ ਮੇਰੇ ਹਿੱਸੇ ਦੀ ਚਾਹ ਬਚੀ ਰਹੂਗੀ। ਠੀਕ ਆ ਜੀ, ਮੈਂ ਯਾਰ ਨੂੰ ਕਿਹਾ ਹੁਣ ਪੜ੍ਹ ਲਾ, ਵੀ ਕੱਲ੍ਹ ਨੂੰ ਟਾਈਮ ਨਹੀਂ ਲੱਗਣਾ ਤੈਨੂੰ ਪੜ੍ਹਨ ਦਾ, ਨਾ ਹੋਮਵਰਕ ਜਿਹੜਾ ਆਪਦਾ ਫਿਨਿਸ਼ ਕਰ ਦੇ। ਪਰ ਇਹ ਮੇਰੇ ਸਿਰਾਣੇ ਫਿਰਦਾ, ਦੇਖ ਲਓ, ਪੜ੍ਹਨਾ ਚਾਹੀਦਾ ਨਾ। ਸੰਡੇ ਮੰਡੇ ਨੂੰ ਨਹੀਂ ਪੜ੍ਹ ਹੋਣਾ ਗਾ ਨਾ, ਤੇ ਥੱਕ ਜਾਣਾ ਆਉਂਦੇ ਹੋਏ ਮੁੜਦੇ ਹੋਏ ਆਪਦਾ। ਹੁਣ ਹੋਮਵਰਕ ਜਿਹੜਾ ਲਰਨ ਵਾਲਾ ਰੱਖ ਲਾ, ਮੈਂ ਇਹਨੂੰ ਕਿਹਾ ਵੀ ਜਿਹੜਾ ਹੋਰ ਕੋਈ ਹੋਮਵਰਕ ਆ ਉਹ ਸਾਰਾ ਕਰਦੇ, ਫਿਨਿਸ਼ ਕਰਦੇ। ਠੀਕ ਆ, ਥੋੜ੍ਹਾ ਜਿਹਾ ਕਰ ਲਾ, ਥੋੜ੍ਹਾ ਜਿਹਾ ਅੱਧਾ ਕੁ ਕਰ ਲਾ, ਅੱਧਾ ਕੁ। ਨਾਲੇ ਆਪਦੀ ਕਿੱਟ ਇੱਧਰ ਰੱਖ ਦੇ ਮੇਰੇ ਕੋਲ, ਜਿਹੜਾ ਇਹਦੇ ਵਿੱਚ ਸਮਾਨ ਪਾਉਣਾ ਕਿੱਟ ਦੇ। ਠੀਕ ਆ, ਸੂਰਜ ਡੁੱਬਣੇ ਕੀ ਤਗਾਰ ਪਰ ਹੈ, ਕਿਵੇਂ ਦੀਂਦਾ। ਪੀਲਾ ਦੁੱਧ ਨਹੀਂ ਪੀਂਦਾ, ਮੈਂ ਇਹਨੂੰ ਕਹਿੰਦਾ ਨਹਾ ਕੇ ਕੋਸਾ ਕੋਸਾ, ਤੱਤਾ ਨਹੀਂ ਗਾ, ਕੋਸਾ ਕੋਸਾ ਕੋਸਾ। ਨਾ ਇਹ ਬਿਲਕੁਲ ਵੀ ਮਿਰਚ ਖਾਂਦਾ, ਨਾ ਇਹ ਬਿਲਕੁਲ ਵੀ ਉਹ ਪੀਂਦਾ, ਕੋਸਾ ਕੋਸਾ ਜਿਹਾ ਦੁੱਧ ਵੀ ਨਹੀਂ ਪੀਂਦਾ, ਠੰਡਾ ਦੁੱਧ ਪੀਣਾ ਕਿੰਨਾ ਗੱਲ ਹੈ। ਰਾਮ ਨਾਲ ਦਾ ਹੱਥ 'ਚ ਫੜ ਲਾ, ਚੰਗਾ ਮੈਂ ਕੌਲੀ ਚੱਕ ਲੈ ਕੇ ਭਰਾਵਾ, ਕੌਲੀ ਨਾ ਪੀਲਾ, ਇਹਨੂੰ ਮੈਂ ਨਵਾਤਾ ਹੁਣੇ। ਮੈਂ ਕਿਹਾ ਤੂੰ ਨਹਾ ਲਾ ਚੱਲ, ਵੀ ਸਵੇਰ ਫਿਰ ਹੈ ਨਾ ਠੰਡ ਵੀ ਹੁੰਦੀ ਆ ਅਤੇ ਫਿਰ ਹਵਾ ਜੀ ਵੀ ਲੱਗਦੀ ਆ, ਫਿਰ ਉਹਨੂੰ ਛਿੱਕਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਵੈਸੇ ਵੀ ਇਹ ਤਾਂ ਹੁਣ ਰਾਤ ਨੂੰ ਹੀ ਨਹਾਉਂਦਾ, ਸ਼ਾਮ ਨੂੰ ਮਤਲਬ ਸਕੂਲੋਂ ਆ ਕੇ 5-7 ਵਜੇ ਦੇ ਵਿੱਚ ਵਿੱਚ ਇਹ ਨਹਾ ਲੈਂਦਾ ਰੋਜ਼। ਮੁੰਡੀ ਕੀ ਕਰਨੀ ਸੀ, ਮੁੰਡੀ ਹੈ ਹੀ ਨਹੀਂ ਉਹਦੇ ਵਿੱਚ ਮਲਾਈ, ਮੈਂ ਦੇਖ ਲਓ ਹੁਣ ਇਹਦੇ ਹੱਥ, ਦੇਖ ਲਓ ਅਸਲੀ ਚੀਜ਼ ਤਾਂ ਸਾਰੀ ਕੱਢ ਕੇ ਰੱਖ ਲੈਣੀ। ਉਹ ਟੇਬਲ 'ਤੇ ਕੌਲੀਆਂ ਕੌਲੇ ਕਿਹਨੇ ਰੱਖੇ ਨੇ, ਇਹ ਕੀ ਕਰਨੀ ਰੱਖ ਦੇ, ਚੱਕ ਕੌਲੀ ਫੂਕ ਮਾਰ ਕੇ ਪੀ ਲੈ, ਜਿੰਨਾ ਜਿਹਾ ਟੱਟਾ ਨਹੀਂ ਉੱਤਰ ਉੱਕਰ ਉੱਕਰ ਹੋ ਗਿਆ ਠੰਡਾ।
ਲਓ ਜੀ ਪ੍ਰੈਸ ਆਪਾਂ ਕਰ ਲਈ ਅਤੇ ਹੁਣ ਜੀ ਹਜ਼ਾਰ ਦੀ ਝੱਗੀ ਦੇ ਬਟਨ ਜਿਹੜੇ ਆ ਮੈਨੂੰ ਐਸੇ ਵੈਸੇ ਲੱਗੇ ਕਿਉਂਕਿ ਇਹ ਨਵੀਆਂ ਲਈਆਂ ਨੇ ਮੈਨੂੰ ਐਤਕੀ ਸ਼ਰਟ ਹਜ਼ਾਰ ਦੀ ਯੂਨੀਫਾਰਮ ਪਾ ਕੇ ਜਾਣਾ ਆ ਯੂਨੀਫਾਰਮ 'ਚ ਜਾਣਾ ਜੀ ਹਜ਼ਾਰ ਨੇ ਕਿੱਥੇ ਜਾਣਾ ਇਹ ਤੁਹਾਨੂੰ ਫਿਰ ਦੱਸਾਂਗੇ ਹਾਂ ਤੁਹਾਨੂੰ ਪਤਾ ਲੱਗ ਜੂ ਨੈਕਸਟ ਵਲੌਗ 'ਚ ਪਤਾ ਲੱਗ ਜੂਗਾ ਕਿਉਂ ਜਾਣਾ ਯੂਨੀਫਾਰਮ 'ਚ ਇਹ ਵੀ ਤੁਹਾਨੂੰ ਪਤਾ ਲੱਗ ਜੂ ਉਹ ਮਸ਼ੀਨ ਨਾਲ ਲਾਏ ਹੁੰਦੇ ਨਾ ਬਟਨ ਮੈਂ ਫੜ ਕੇ ਮਤਲਬ ਇਹ ਧਾਗਾ ਫੜਿਆ ਅਤੇ ਬਸ ਵੀ ਜਦ ਹੀ ਉਹ ਮੇਰੇ ਹੱਥ 'ਚ ਹੀ ਆ ਗਿਆ ਮੈਂ ਹੁਣ ਪੱਕੀ ਕਰ ਦਿੰਦੀ ਹਾਂ ਯਾਰ ਲੁੱਡੋ ਖੇਡਦਾ ਇਕੱਲਾ ਹੀ ਮੈਨੂੰ ਕਹਿੰਦਾ ਖੇਡ ਲਓ ਮੈਨੂੰ ਤਾਂ ਖੇਡਣੀ ਨਹੀਂ ਆਉਂਦੀ ਨਾਲ ਟਾਈਮ ਹੀ ਨਹੀਂ ਗਾ ਸਿੱਖ ਵੀ ਲਵਾਂ ਬੈਠ ਵੀ ਜਾਵਾਂ ਟਾਈਮ ਹੀ ਨਹੀਂ ਗੱਲ ਤਾਂ ਟਾਈਮ ਦੀ ਆ ਸਾਰੀ ਸਿੱਖਾਂ ਤੂੰ ਜਵਾਕ ਆ ਕੀ ਹੋ ਗਏ ਮੈਂ ਤਾਂ ਆਪ ਉਹਨਾਂ ਚੁੰਨਾ ਬੰਦਾ ਪੈਸੇ ਦੇ ਪੈਸੇ ਕੀ ਕਰਨੇ ਕੰਨੇ ਪਾੜ ਹੁਣ ਰਾਤ ਨੂੰ ਜੋ ਪਲਾਈ ਉਹ ਕਰਨਾ ਕੀ ਦੇ ਆ ਪਿੰਡ ਵਾਲੇ ਦੀ ਅੱਛਾ ਮੈਨੂੰ ਕੀ ਪਤਾ ਕਿੰਨੇ ਲੱਗਦੇ ਆ ਕੀ ਆ ਤੇਰੇ ਕੋਲ ਹੈ ਨਹੀਂ ਕਾਰ ਚਲਾਈ ਮੇਰੇ ਕੋਲ ਕਿੱਥੇ ਨੇ ਗਰੀਬ ਬੰਦਾ ਮੈਨੂੰ ਨੀ ਪਤਾ ਕੁਛ ਨੀ ਆਉਂਦਾ ਨਿਗਾਹ ਘਟੂਗੀ ਅੱਖ ਫਰਕਣ ਦਾ ਮੇਨ ਕਾਰਨ ਬਾਕੀ ਫੋਨ ਪਤਾ ਕਿੰਨਾ ਵੇਖਦਾ ਮੇਰੀ ਵੀ ਅੱਖ ਫਰਕਦੀ ਸੀ ਜਾਂ ਮੇਰੀ ਨਿਗਾਹ ਘਟੀ ਆ ਮੇਰੀ ਜੀ ਫਰਕਦੀ ਸੀ ਹੁਣ ਖੜ ਜਾ ਇੱਕ ਮਿੰਟ ਮਾੜਾ ਸਮਾਂ ਚੱਲਦਾ ਕਦੋਂ ਚੰਗਾ ਜਲਦੀ ਵਾਪਸ ਆਇਓ ਤੇ ਮੈਂ ਤਾਂ ਇਹ ਕਹਿਣੀ ਪਵਾਇਆ ਹਾਰ ਜਿੰਨੇ ਲੱਗੇ ਲੱਗੇ ਬਾਕੀ ਮੈਨੂੰ ਮੋੜਦੀ ਮੇਰੇ ਜਦੋਂ ਆਉਣਗੇ ਉਦੋਂ ਮੋੜਦੀ ਹੁਣ ਹੁਣ ਕੌਣ ਕਰਦਾ ਪੀਜ਼ਾ ਆਪ ਚਾਹੀਦੇ ਆ ਕੁਛ ਖਾ ਕੇ ਨੀ ਆਉਣਾ ਰੋਟੀ ਖਾਣੇ ਤਾਂ ਇਹਦੇ ਘਰੇ ਰੋਟੀ ਨੀ ਖਾਣਗੇ ਤੇ ਮੇਰੇ ਦੇਣੇ ਆ ਦੋ ਜਾਣੇ ਮੇਰੇ ਅੱਜ ਹਜ਼ਾਰ ਦੇ ਦੇਣੇ ਆ ਤਾਂ
ਡੈਡੀ ਨੂੰ ਨੀ ਮੋੜੀ ਦੇ, ਮੰਮੀ ਦੇ ਪਾਸੇ ਮੋੜ ਦੇਈਦੇ ਨੇ, ਮੇਰੇ ਨਹੀਂ ਲੈਤੇ ਇਹਦੇ, ਤੇਰੇ ਮੋੜਦੇ ਨੇ, ਕੋਈ ਨਾ ਮੈਂ ਤਾਂ ਆਪ ਲੈਣੇ ਨੇ ਤੂੰ, ਕੋਈ ਮੇਰਾ ਨਾ ਕੋਈ ਨਹੀਂ ਘੇਟਾ, ਕੋਈ ਨਹੀਂ ਲੋਟਾ, ਪਰ ਪਾਦੀ ਰਾਤੀ ਆ ਹੁਣ ਬਾਰੇ, ਫਿਰ ਜਦ ਉਹ ਕੋਈ ਖੇਡੇ ਨਹੀਂ ਸੀ ਹੋਰ, ਮੈਂ ਤੂੰ ਨਹੀਂ ਜਾਣੀ, ਚੱਲ ਬਹੁਤ ਟਾਈਮ ਹੋ ਗਿਆ, ਹਾਏ ਹੋਏ ਬੈਠਾ ਲੋਕਾ ਹੈ, ਸੱਟ ਖਾਣੀ ਹੈ ਥੱਲੇ ਜਾ ਡਿੱਗ ਨਾ, ਰੱਖ ਦੇ ਇਹਨੂੰ, ਪੀੜੀ ਮੈਂ ਮੰਗਾਈ ਦੀ ਵੀ ਮੈਂ ਚੁੱਲ੍ਹੇ 'ਤੇ ਕੰਮ ਕਰਨ ਵਾਸਤੇ ਬੈਠ ਕੇ, ਵੀ ਮੈਨੂੰ ਪੀੜੀ 'ਤੇ ਬੈਠਣਾ ਵਧੀਆ ਠੀਕ ਆ, ਹੈ ਨਾ, ਵੀ ਫੱਟੇ 'ਤੇ ਬੈਠ ਕੇ ਨਾ ਕਮਰ ਦਰਦ ਕਰਨ ਲੱਗ ਜਾਂਦੀ ਹੈ, ਇਹ ਨਾਮ ਨਾ ਇਹਨੇ ਇਹਨੇ ਇੱਥੇ ਮੜਕੀ ਹੋਈ ਆ, ਪੜ੍ਹਨ ਵੇਲੇ ਚੱਕ ਲੈਂਦਾ ਇੱਥੇ, ਚੋਰੀ ਕਰ ਦਿੰਦਾ ਹੀ ਨਹੀਂ ਗਾ ਜਦੋਂ ਚੱਕ ਲਿਆਉਂਦਾ ਆਪਦੀ, ਮੈਂ ਕੀ ਕਿਹਾ ਤੁਹਾਨੂੰ, ਡੱਕ ਬਹੁਤ ਕਰਤੀ ਹੈ ਮੈਨੂੰ, ਮੈਂ ਉਹਦਾ ਕੀ ਕੰਮ ਕਰਤਾ, ਮੈਨੂੰ ਰੱਖਦਾ ਆਪਣੇ ਘਰ ਵਿੱਚ ਪੀ ਬੱਚੀ ਮੈਨੂੰ ਲੱਗਦਾ ਆਪਣੇ ਘਰ ਵਿੱਚ ਪੀ ਬੱਚੀ ਜਾਣੇ ਤੁਸੀਂ ਸਾਰਿਆਂ ਨੇ ਕਰਨੇ ਨੇ, ਕੌਲੀ ਵਿੱਚ ਪਾਣੀ, ਮੇਰੀ ਤਾਂ ਇੱਕ ਕੌਲੀ ਆ, ਮੈਂ ਤਾਂ ਭਾਵੇਂ ਡੱਕਾ ਨਾ ਤੋੜਾਂ, ਮੈਂ ਫੜ ਕੇ ਰੱਖੋਗੇ ਦੁੱਧ ਗਰਮ ਹੋਣਾ, ਅੱਜ ਹੈਲਪ ਕਰ ਰਹੇ ਨੇ ਮੇਰੇ ਹਸਬੈਂਡ ਮੇਰੀ, ਰੋਟੀ ਖਾ ਜਲਦੀ ਜੁਝਾਰੇ, ਜਲਦੀ ਰੋਟੀ ਖਾ ਕੇ ਤਾਂ ਜਲਦੀ ਜਲਦੀ ਸੌਂ, ਤਾਂ ਸਵੇਰੇ ਉੱਠੋ, ਇਹਨਾਂ ਦੇ ਨਫਰੇ ਨਾਮ ਲਏ ਸਬਜ਼ੀ ਬਣਾਉਣੀ ਆ, ਗਾਜਰਾਂ ਮਟਰ ਲੈ ਕੇ ਆਇਓ, ਠੀਕ ਆ, ਗੋਚਰਾਂ ਘਰਦੇ ਆ ਘਰ ਦੀਆਂ ਜੰਮੀਆਂ ਹੋਈਆਂ ਗਾਜਰਾਂ ਤੁਹਾਡੀਆਂ ਫਰਵਰੀ 'ਚ ਹੋਣੀਆਂ ਨੇ, ਹੋ ਫਰਵਰੀ ਤੱਕ ਅਸੀਂ ਘਰ ਦੀਆਂ ਗਾਜਰਾਂ ਦੇਖੀ ਜਾਈਆਂ, ਦੇਖ ਲਓ ਮੈਂ ਇੱਕ ਪਾਸੇ ਗਰੀਬ ਕਰਦੀ ਹਾਂ, ਮੇਰਾ ਤਾਂ ਹਸਬੈਂਡ ਬਾਹਲਾ ਸਾਧੂਗਾ, ਮੇਰਾ ਘਰ ਵਾਲਾ ਤਾਂ ਇਹ ਤਾਂ ਕਹਿੰਦੇ ਮੈਂ ਫਸ ਗਿਆ, ਮੈਂ ਕਿਹਾ ਵੀ ਮੈਂ ਹੁਣ ਮੈਨੂੰ ਯਾਦ ਆਉਂਦਾ ਸੀ, ਡੈਡੀ ਪਤਾ ਕਿਹੜਾ ਫੁੱਲ, ਕੂਪੀ ਦਾ ਫੁੱਲ, ਕੀ ਯਾਦ ਆਉਂਦਾ ਸੀ ਮੇਰੇ, ਯਾਦ ਇਹ ਕਿ ਬਾਰੀ ਬਾਰੀ ਵਾਸੀ ਖੱਟਣ ਗਿਆ ਸੀ, ਬਹੁਤ ਵੱਡੀ ਖੱਟਣਾ ਕੀ ਸੀ, ਕਹਿੰਦੇ ਗੈਲ ਉੱਤੇ
ਕੇ ਤੇਰਾ ਨਾ ਕਸੂਰ ਗੋਰੀਏ ਸਾਡੇ ਚੱਲਦੇ ਗ੍ਰਹਿ ਸਾਰੇ ਬਹੁਤ ਤੇਰਾ ਨਾ ਕਸੂਰ ਗੋਰੀਏ ਬਹੁਤ ਵੱਡਾ ਕੋਪੀ ਦਾ ਫੁੱਲਾ ਕਿਨੇ ਦੀ ਲੜੋ ਹਲੋ ਅਟੈਂਸ਼ਨ ਪਲੀਜ਼ ਖਾਣਾ ਖਾਏ ਜਲਦੀ ਜਾਣਾ ਸਵੇਰੇ ਤਾਂ ਉੱਠਾਂਗੇ ਜੇ ਜਾਵਾਂਗੇ ਉਲਟਾ ਹੋ ਗਿਆ ਜੇ ਉੱਠਾਂਗੇ ਤਾਂ ਜਾਵਾਂਗੇ ਸਾਡਾ ਹੀ ਆ ਮੂਸੇ ਵਾਲਾ ਤਾਂ ਸਾਡਾ ਹੀ ਆਵੇ ਹਨਾ ਗੈਸ ਮੱਚੀ ਜਾਂਦਾ ਆਹ ਲੋਕ ਕੀ ਕਹਿੰਦੇ ਆ ਰੋਟੀ ਖਾਓ ਫਟਾਫਟ ਕੇ ਰਾਮ ਦੀ ਚੱਕ ਕੇ ਸੀਨੇ ਤਣਨੇ ਤੇ ਲਓ ਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਅਤੇ ਹੁਣ ਆਪਾਂ ਬੈਠੇ ਫੋਨ ਦੇਖਦੇ ਸੀ ਅਤੇ ਹੁਣ ਆਉਂਦੀ ਆ ਨੀਂਦ ਟਾਈਮ ਹੋ ਗਿਆ 9:30 ਅਤੇ ਹੁਣ ਜਲਦੀ ਜਲਦੀ ਸੌਣਾ ਆ ਅਤੇ ਚਲੋ ਜੀ ਆਪਾਂ ਬਲੌਗ ਦਾ ਅੱਜ ਐਂਡ ਇੱਥੇ ਕਰਦੇ ਹਾਂ ਮਿਲਦੇ ਹਾਂ ਮੋਰਨਿੰਗ ਮਿਲਾਂਗੇ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਗੁੱਡ ਨਾਈਟ ਸਾਰਿਆਂ ਨੂੰ ਬਾਏ ਬਾਏ ਸ਼ੁਭ ਰਾਤਰੀ ਓਕੇ ਜੀ ਬਾਏ ਗੁੱਡ ਨਾਈਟ।